आफ्टर थर्टी हरेकू हों स्किन जो है वजी बनी रहे यंग बनी रहे सो so, अगर तुम अपनी स्किन हमेशा दे ग्लोइंग यंग या टाइट बना के रखना चाहते हो तो अपनी डायट वि कुछ अजिहार चीजा शामिल कर लैनिया चाहिए ने जो थोड़ी तो स्किन हैल्प करता कि उस है ढिलापन ना आए टाइटनैस जो है बनी रहे ग्लोइंग रहे यंग रहे मैं एक खास ਉਹ ਚੀਜ਼ ਬਾਰੇ ਦੱਸਣ ਜਾ ਰਹੀਆਂ ਖਾਸ ਵੀ ਹੈ ਔਰ ਹਰੇਕ ਘਰ ਦੇ ਵਿੱਚ ਵੀ ਹੈ ਤੁਸੀਂ ਜਾਣ ਲੋਗੇ ਡੇਲੀ ਇਸਤੇਮਾਲ ਕਰ ਲੋਗੇ ਤਾਂ ਤੁਹਾਨੂੰ ਹੀ ਇਸ ਟੇ ਸਾਰੇ ਫਾਇਦੇ ਮਿਲਣ ਵਾਲੇ ਨੇ ਸੋ ਹਰੇਕ ਘਰ ਦੇ ਵਿੱਚ ਹੁੰਦੇ ਹੀ ਨੇ ਇਵਨ ਅਸੀਂ ਜੋ ਹੈ ਉਈ ਸਵੀਡਿਸ਼ ਬਣਾਨੇ ਆ ਉਸੇ ਵਿੱਚ ਵੀ ਇਸ ਨੂੰ ਇਸਤੇਮਾਲ ਕਰਦੇ ਆ ਪਰ ਸਹੀ ਢੰਗ ਨਾਲ ਅਗਰ ਇਸ ਨੂੰ ਖਾ ਲਿਆ ਨਾ ਤਾਂ ਤੁਹਾਡੇ ਲਈ ਤਾਂ ਇਹ ਅੰਮ੍ਰਿਤ ਹੀ ਬਣਨ ਵਾਲੀ ਹੈ ਚੀਜ਼ ਕਿਉਂਕਿ ਇਸ ਨਾਲ ਤੁਹਾਡੀ ਸਕਿਨ ਯੰਗ ਰਹਿਣ ਦੇ ਨਾਲ ਨਾ ਤੁਹਾਡੀ ਬਾਡੀ ਨੂੰ ਇਸੇ ਹੋਰ ਵੀ ਅਨੇਕਾ ਫਾਇਦਾ ਫਾਇਦੇ ਜੋ ਹੈ ਮਿਲਣ ਵਾਲੇ ਨੇ ਤਾਂ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ ਜੀ ਸਕਿਨ ਨੂੰ ਗਲੋਇੰਗ ਹੋਰ ਸਕਿਨ ਦੀ ਆਪਣੇ ਫੇਸ ਦੀ ਸਕਿਨ ਨੂੰ ਟਾਈਟ ਬਣਾਏ ਰੱਖਣ ਦੇ ਲਈ ਗਲੋਇੰਗ ਬਣਾਏ ਰੱਖਣ ਦੇ ਲਈ ਤੁਸੀਂ ਬਦਾਮ ਜਿਹੜੇ ਨੇ ਅਗਰ ਡੇਲੀ ਸਹੀ ਢੰਗ ਦੇ ਨਾਲ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਹੈਲਪ ਮਿਲਣ ਵਾਲੀ ਹੈ ਕਿਉਂ ਪਹਿਲਾਂ ਇਸੇ ਪਿੱਛੇ ਜੀ ਤੁਸੀਂ ਵਜਾ ਈ ਜਾਣ ਲੋ ਤਾਂ ਦੇਖੋ ਜਿਹੜਾ ਅਗਰ ਅਸੀਂ ਬਦਾਮ ਦੀ ਗੱਲ ਕਰਦੇ ਹਾਂ ਸ ਵਿੱਚ ਟੇ ਸਾਰੇ ਨਿਊਟ੍ਰੀਸ਼ਨ ਵੈਲਿਊ ਸਾਨੂੰ ਮਿਲਦੀ ਹੁੰਦੀ ਹੈ ਕਈ ਤਰ੍ਹਾਂ ਦੇ ਮਿਨਰਲਸ اور ਵਿਟਾਮਿਨਸ ਸਾਨੂੰ ਮਿਲ ਰਹੇ ਨੇ ਸੋ ਤੁਸੀਂ ਇਹਨਾਂ ਦਾ ਫਾਇਦਾ ਲੈ ਸਕਦੇ ਹੋ ਇਸ ਨੂੰ ਬੜੀ ਹੀ ਆਸਾਨੀ ਦੇ ਨਾਲ ਪਹਿਲਾਂ ਤਾਂ ਦੇਖੋ ਖਾਣ ਦਾ ਸਹੀ ਢੰਗ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਰਾਤ ਪਹਿਲਾਂ 5-6 ਬਦਾਮ ਲੋ ਇਹਨਾਂ ਨੂੰ ਭਿਓ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਇਹਨਾਂ ਦਾ ਛਿਲਕਾ ਉਤਾਰ ਕੇ ਖਾਣਾ ਹੈ ਤੇ ਇਹਨਾਂ ਤੋਂ ਤੁਹਾਨੂੰ ਚੰਗੀ ਮਾਤਰਾ ਵਿੱਚ ਵਿਟਾਮਿਨ ਈ ਮਿਲ ਜਾਂਦਾ ਹੈ ਚੰਗੀ ਮਾਤਰਾ ਵਿੱਚ ਜ਼ਿੰਕ ਸੇਲੇਨੀਅਮ ਮਿਲ ਜਾਂਦਾ ਹੈ ਜ਼ਿੰਕ ਸੇਲੇਨੀਅਮ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਇਹ ਸਾਡੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਕਿਤੇ ਵੀ ਕੋਈ ਟਾਪਾਜ ਹੋ ਰਹੀ ਹੈ ਨਾ ਸਾਡੀ ਸਕਿਨ ਦੇ ਵਿੱਚ ਸਾਡੇ ਇੰਟਰਨਲ ਆਰਗਨਸ ਦੇ ਵਿੱਚ ਕਿਤੇ ਵੀ ਤਾਂ ਇਹ ਉਹੀ ਰਿਕਵਰੀ ਦੇ ਵਿੱਚ ਕੰਮ ਕਰਦੇ ਨੇ ਸੋ ਅਗਰ ਤੁਸੀਂ ਦੇਖੋ ਨੇਚਰਲ ਫਾਰਮ ਦੇ ਵਿੱਚ ਜਿੱਥੋਂ ਸਾਨੂੰ ਜ਼ਿੰਕ ਔਰ ਸੇਲੇਨੀਅਮ ਮਿਲੇਗਾ ਨਾ ਤਾਂ ਉਹ ਬਹੁਤ ਜ਼ਿਆਦਾ ਚੰਗੀ ਢੰਗ ਦੇ ਨਾਲ ਬਾਡੀ ਸਾਡੀ ਉਸ ਨੂੰ ਐਬਜ਼ਾਰਬ ਕਰ ਸਕਦੀ ਹੈ ਵਿਟਾਮਿਨ ኢ ਦੀ ਜੇਕਰ ਅਸੀਂ ਗੱਲ ਕਰ ਲਈਏ ਦੇਖੋ ਫੈਟ ਸੋਲੀਬਲ ਵਿਟਾਮਿਨ ਹੈ ਇਹ ਸਾਡੀ ਡਾਈਟ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਦਾਮ ਤੋਂ ਅੱਛੀ ਮਾਤਰਾ ਵਿੱਚ ਤੁਹਾਨੂੰ ਵਿਟਾਮਿਨ ኢ ਮਿਲ ਜਾਂਦਾ ਹੈ ਇਵਨ ਓਮੇਗਾ 3 ਫੈਟੀ ਐਸਿਡ ਮਿਲ ਜਾਂਦੇ ਨੇ ਸੋ ਸਿਰਫ ਸਕਿਨ ਦੀ ਹੀ ਨਹੀਂ ਆਪਾਂ ਗੱਲ ਕਰੀਏ ਸਾਡੇ ਅਗਰ ਤੁਸੀਂ ਰੈਗੂਲਰ ਬਦਾਮ ਖਾਣੇ ਸ਼ੁਰ ਛੇ ਬਦਾਮ ਸਿਰ ਰਾਤ ਨੂੰ ਪੀਓ ਦੋ ਅਗਲੇ ਦਿਨ ਸਵੇਰੇ ਛਿਲਕਾ ਉਤਾਰ ਕੇ ਖਾ ਲਓ ਤਾਂ ਤੁਸੀਂ ਹੌਲੀ-ਹੌਲੀ ਦੇਖੋਗੇ ਤੁਹਾਡੇ ਹੈਅਰਸ ਦਾ ਜਿਹੜਾ ਟੈਕਸਚਰ ਹੈ ਕਿਉਂਕਿ ਏਜ ਹੋਣ ਦੇ ਨਾਲ-ਨਾਲ ਜੋ ਹੈ ਸਾਡੇ ਹੈਅਰਸ ਵੀ ਜੋ ਹੈ ਨਾ ਦਾ ਟੈਕਸਚਰ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਹੀ ਫਿਜ਼ੀ ਡਰਾਈ ਹੋਣੇ ਸ਼ੁਰੂ ਹੋ ਜਾਂਦੇ ਨੇ ਟੁੱਟਨੇ ਝੜਨੇ ਸ਼ੁਰੂ ਹੋ ਜਾਂਦੇ ਨੇ ਰੀਜ਼ਨ ਉਸ ਦੇ ਪਿੱਛੇ ਹੀ ਹੁੰਦਾ ਕਿ ਇੱਕ ਤਾਂ ਸਾਡੀ ਡਾਈਟ ਵਿਗੜ ਚੁੱਕੀ ਹੁੰਦੀ ਹੈ ਦੂਸਰਾ ਅਸੀਂ ਆਪਣੀ ਡਾਈਟ ਵਿੱਚ ਚੰਗੇ ਨਿਊਟ੍ਰੀਸ਼ਨਸ ਨੂੰ ਰੱਖਦੇ ਹੀ ਨਹੀਂ ਆ ਔਰ ਬਦਾਮਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਇੱਥੇ ਤੁਹਾਨੂੰ ਅੱਛਾ ਪ੍ਰੋਟੀਨ ਵੀ ਮਿਲ ਜਾਂਦਾ ਹੈ ਫਾਈ ਦੇ ਨਾਲ ਲਗਾ ਤੁਸੀਂ ਦਿਨ ਦੀ ਸ਼ੁਰੂਆਤ ਕਰ ਲੋਗੇ ਤਾਂ ਤੁਸੀਂ ਦੇਖੋਗੇ ਹੌਲੀ ਹੌਲੀ ਤੁਹਾਨੂੰ ਖੁਦ ਹੀ ਤੁਹਾਡੀ ਸਕਿਨ ਦਾ ਟੈਕਸਚਰ ਜੋ ਹੈ ਵਧੀਆ ਲੱਗਣਾ ਸ਼ੁਰੂ ਹੋ ਜਾਏਗਾ ਵਿਟਾਮਿਨ E ਦੇ ਨਾਲ ਸਕਿਨ ਗਲੋਇੰਗ ਬਣਨ ਵਾਲੀ ਹੈ ਕਿਉਂਕਿ ਕਈਆਂ ਦੇ ਤੁਸੀਂ ਦੇਖਿਆ ਹੋਣਾ ਏਜ ਵਧਣ ਦੇ ਨਾਲ ਹੀ ਡਲਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਮੁਰਝਾਈ ਮੁਝਾਈ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਕਾਲਾਪਨ ਆਣਾ ਸ਼ੁਰੂ ਹੋ ਜਾਂਦਾ ਰੀਜ਼ਨ ਇਹ ਹੁੰਦਾ ਕਿ ਮਿਨਰਲਸ ਦੀ ਕਮੀ ਹੋ ਗਈ ਹੈ ਵਿਟਾਮਿਨਸ ਦੀ ਕਮੀ ਹੋ ਗਈ ਹੈ ਤਾਂ ਤੁਸੀਂ ਬਦਾਮ ਖਾਣੇ ਜੱਕਰ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਸੋਚੋਗੇ ਅਸੀਂ ਪਹਿਲਾਂ ਖਾਣੇ ਕਿਉਂ ਨਹੀਂ ਸ਼ੁਰੂ ਕੀਤੇ ਸੋ ਜਿਵੇਂ ਹੀ ਵੈਸੇ ਤਾਂ ਹਮੇਸ਼ਾ ਬੱਚਾ ਤੋਂ ਹੀ ਆਦਤ ਪਾ ਦੋ ਕਿ ਦਿਮਾਗ ਨੂੰ ਤੇਜ਼ ਕਰਨ ਦੇ ਲਈ ਵੀ ਇਹਨਾਂ ਮਿਨਰਲਸ ਔਰ ਵਿਟਾਮਿਨਸ ਦੀ ਜ਼ਰੂਰਤ ਹੁੰਦੀ ਹੀ ਹੈ ਔਰ ਅਗਰ ਅਗਰ ਤੁਸੀਂ 30 ਦੀ ਏਜ ਤੋਂ ਅਗਰ ਡੇਲੀ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਜਿਹੜੀ ਏਜਿੰਗ ਪਹਿਲਾਂ ਹੀ ਕਹਿੰਦੇ ਨਾ ਉਮਰ ਤੋਂ ਪਹਿਲਾਂ ਹੀ ਏਜਿੰਗ ਚਿਹਰੇ ਦੇ ਉੱਪਰ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ ਰਿੰਕਲਸ ਫਾਈਨ ਲਾਈਨਸ ਤਾਂ ਇਹਨਾਂ ਤੋਂ ਤੁਹਾਨੂੰ ਬਹੁਤ ਛੁਟਕਾਰਾ ਮਿਲ ਜਾਏਗਾ ਤੁਹਾਡੀ ਸਕਿਨ ਆਪਣੀ ਉਮਰ ਤੋਂ ਪਹਿਲਾਂ ਜੋ ਹੈ 올ਡ ਨਹੀਂ ਲੱਗੇਗੀ ਜਾਂ ਬੁਢਾਪਾ ਪਹਿਲਾਂ ਹੀ ਫੇਸ ਤੇ ਚਲਕਣਾ ਸ਼ੁਰੂ ਨਹੀਂ ਹੋਏਗਾ ਬਲਕਿ ਅਗਰ ਤੁਸੀਂ ਡੇਲੀ ਇਹ ਚੀਜ਼ਾਂ ਖਾਂਦੇ ਹੋ ਨਾ ਤਾਂ ਸਾਰੇ ਪੁੱਛਣਗੇ ਕਿ ਤੁਸੀਂ ਆ ਕੇ ਅਜਿਹਾ ਕੀ ਕਰਦੇ ਹੋ ਕਿ ਤੁਹਾਡੀ ਸਕਿਨ ਇੰਨੀ ਯੰਗ ਕਿਉਂ ਲੱਗਦੀ ਹੈ ਸੋ ਜ਼ਰੂਰ ਇਹਨਾਂ ਚੀਜ਼ਾਂ ਨੂੰ ਅਪਣਾਓ ਦੇਖੋ ਐਂਟੀਆਕਸੀਡੈਂਟ ਵੀ ਇਸ ਨੂੰ ਅਸੀਂ ਅੱਛਾ ਮੰਨ 사ਦੇ ਆ ਜੋ ਕਿ ਸਾਡੀ ਬਾਡੀ ਚੋ ਫ੍ਰੀ ਰੈਡੀਕਲਸ ਨੂੰ ਬਾਹਰ ਕਰਨ ਦਾ ਕ ਕਰ ਦਿੰਦਾ ਤੇ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ ਔਰ ਤੁਸੀਂ ਆਪਣੇ ਆਪ ਨੂੰ ਯੰਗ ਬਣਾਏ ਰੱਖਣ ਦੇ ਲਈ ਆਪਣੀ ਸਕਿਨ ਦੇ ਲਈ ਕੀ ਕੀ ਵਧੀਆ ਹੋਰ ਚੀਜ਼ਾਂ ਅਪਣਾਉਂਦੇ ਹੋ ਜ਼ਰੂਰ ਕਮੈਂਟ ਕਰਕੇ ਦੱਸੋ ਤਾਂ ਕਿ ਬਾਕੀਆਂ ਨਾਲ ਵੀ ਆਪਾਂ ਇਨਫੋਰਮੇਸ਼ਨ ਸਾਂਝੀ ਕਰੀਏ ਹੋਰ ਵੀ ਬਾਕੀ ਲੋਕ ਵੀ ਆਪਣਾ ਜਿਹੜਾ ਇੱਕ ਪਰਿਵਾਰ ਕਾ ਲੈਂਦੇ ਆ ਕਿ ਅਸੀਂ ਫੇਸਬੁੱਕ ਜਾਂ YouTube ਤੇ ਤੁਸੀਂ ਸਾਰੇ ਮੇਰੇ ਨਾਲ ਜੁੜਦੇ ਹੋ ਵੀਡੀਓਜ਼ ਨੂੰ ਦੇਖਦੇ ਹੋ ਕਮੈਂਟਸ ਕਰੀ ਜਰੀ ਆਪਣੇ ਵਿਚਾਰ ਵੀ ਮੇਰੇ ਨਾਲ ਸਾਂਝੇ ਕਰਦੇ ਹੋ ਸਾਰੇ ਹੀ ਹੈਲਥ ਨਾਲ ਜੁੜੀ ਵਧੀਆ ਵਧੀਆ ਜਾਣਕਾਰੀ ਦਾ ਫਾਇਦਾ ਲੈ ਸਕਣ ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ हूं तक अगर मेरे पेज फॉलो नहीं किया फटाफट फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट फ़ड़ सबसक्राइब भी कर दौ मिला जल्दी ही सेहत न जुड़ी होर खास जानकारी के फिलहाल ही दू जी इजाजत सत श्रीकाल